ਅਸਲਾਮ ਅਲੈਕੁਮ ਦੋਸਤੋ ਤੁਸਾਂ ਦੇ ਪਿਆਰੇ ਮਮਤਾਜ਼ ਭਾਈ ਦਾ YouTube ਚੈਨਲ ਤੇ ਅੱਜ ਅਸਾਂ ਤੁਹਾਡੇ ਵਾਸਤੇ ਸਪੈਸ਼ਲ ਰੈਸਪੀ ਲੈ ਕੇ ਆਇਆ ਹਾਂ ਬੇਸਨ ਵਾਲੇ ਪਤੀਸੇ ਦੀ ਕੁਝ ਜਿਹੜਾ ਪਹਿਲੇ ਅਸਾਂ ਤੁਹਾਨੂੰ ਪਤੀਸਾ ਪਾ ਕੇ ਟਰੇ 'ਤੇ ਲਾ ਕੇ ਦਿਖਾ ਦਿੱਤਾ ਜਾਂ ਅਸਾਂ ਤੁਹਾਨੂੰ ਖਾਂਡ ਪਕਦੀ ਦਿਖਾਈਏ ਸਾਹਮਣੇ ਅਸਾਂ ਦਾ ਇਹ ਜਿਹੜਾ ਚੀਨੀ ਦਾ ਪ੍ਰੋਸੈਸ ਆਈ ਅਸਾਂ ਇਹ ਚੀਨੀ ਬਣਾ ਕੇ ਪਕਾ ਕੇ ਉਸ ਨੂੰ ਜਿਹੜੀ ਜਗ੍ਹਾ ਤੇ ਲਾਵਣੀ ਆਈ ਉਹ ਲਾ ਕੇ ਹੁਣ ਅਸਾਂ ਇਸ ਚੀਨੀ ਨੂੰ ਠੱਡਾ ਕਰਨੇ ਪਿਆ ਮਤਲਬ ਪਤੀਸੇ ਦੇ ਵਿੱਚ ਪਾਉਣ ਵਾਸਤੇ ਪਤੀਸੇ ਦੇ ਵਿੱਚ ਪਾਉਣਾ ਸੀ ਅਸੀਂ ਇਸ ਨੂੰ ਠੱਡਾ ਕਰਕੇ ਤੇ ਹੁਣ ساری ਪਤੀਸੇ ਦੀ ਛਿਕਾਈ ਸ਼ੁਰੂ ਹੋ ਗਈ ਹੈ ਪਤੀਸੇ ਦੀ ਖਿਚਾਈ ਸ਼ੁਰੂ ਹੋ ਰਹੀ ਹੈ ਸੂਏ ਦੇ ਨਾਲ ਪਤੀਸੇ ਨੂੰ ਖਿੱਚ ਕੇ ਅਸੀਂ ਇਸ ਨੂੰ ਲਚੇ ਦੀ ਸ਼ਕਲ ਜਿਹੀ ਦੇਣ ਕੇ ਆnde ਪਿਆ ਤੁਸੀਂ ਸੇਮ ਸੇਮ ਇਸੇ ਤਰ੍ਹਾਂ ਖੰਡ ਠੱਡੀ ਕਰਕੇ ਤੇ ਪਤੀਸੇ ਦੀ ਛਿਕਾਈ ਕਰਨੀ ਹੈ ਮਤਲਬ ਉਸ ਨੂੰ ਖੁਰਪੇ ਨਾਲ ਉੱਤੇ ਤੇਲੇ ਛੇਕ ਕੇ ਤੇ ਪਤੀਸੇ ਨੂੰ ਬਿਲਕੁਲ ਜਨਾਬ ਲਚੇ ਦੀ ਸ਼ਕਲ ਜਿਹੀ ਦੇ ਨਾਮ ਨੇ ਤੇ ਰਿਕੁਐਸਟ ਹੈ ਮੇਰੀ ਕਿ ਜਿਹੜੇ ਦੋਸਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਦਾ ਤਾਂ ਉਹ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੋ ਪਤੀਸਾ ਤੁਹਾਡੇ ਸਾਹਮਣੇ ਤਿਆਰ ਹੋਣਾ ਪਿਆ ਤੇ ਪਤੀਸਾ ਜਿਹਲੇ ਖੁਸ਼ਕ ਹੋ ਗਏ ਤੇ ਅਸਾਂ ਦੇ ਵਿੱਚੋਂ ਖੁਰਪਾ ਕਾੜ ਕੇ ਹੋਣਾ ਸਾਂ ਇਸਨੂੰ ਹੱਥ ਨਾਲ ਖਿੱਚ ਕੇ ਤੇ ਖੁਸ਼ਕ ਕਰਾਣੇ ਪਏ ਅੱਗੇ ਫੱਟੇ ਦੇ ਉੱਤੇ ਅਸਾਂ ਬਦਾਮ ਲਾ ਕੇ ਰੱਖਿਆ ਜਿਹਲੇ ਬਦਾਮਾ ਬਦਾਮਾਂ ਦੇ ਉੱਤੇ ਅਸਾਂ ਇਸ ਪਤੀਸੇ ਨੂੰ ਫੈਲਾ ਦੇਣਾ ਫਲਾਕੇ ਦੇ ਉਤੇ ਅਸਾਂ ਜਨਾਬ ਸ਼ਾਪਰ ਰੱਖ ਕੇ ਸ਼ਾਪਰ ਰੱਖ ਕੇ ਇਸ ਨੂੰ ਪਲੈਨ ਕਰ ਲੈਣਾ ਉਸ ਤੋਂ ਬਾਅਦ ਇੱਕ ਘੰਟਾ ਬਾਅਦ ਠੱਡਾ ਤੇ ਹੋਣ ਦੇ ਬਾਅਦ ਤੁਹਾਡੇ ਸਾਹਮਣੇ ਖੂਬਸੂਰਤ ਕਿਸਮ ਦਾ ਵੀਆਈਪੀ ਤਿੱਸਾ ਵੀਆਈਪੀ